ਸਾਂਝੇ ਫਰੰਟ ਦੇ ਸੱਦੇ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋਏ ਮੇਰੇ ਮੁਲਾਜ਼ਮ ਤੇ ਪੈਨਸ਼ਨ ਵੀਰੋ ਤੇ ਭੈਣੋ, ਅੱਜ ਅਸੀਂ ਉਸ ਮੁੱਖ ਮੰਤਰੀ ਨਾਲ ਸਿੱਧੇ ਹੋ ਕੇ ਗੱਲ ਕਰਨ ਆਏ ਹਾਂ ਜਿਹੜਾ ਵਿਧਾਨ ਸਭਾ ਵਿੱਚ ਵਾਰ ਵਾਰ ਬੇਥਰ ਪਵਾਉਂਦਾ ਅਤੇ ਵਿਰੋਧੀਆਂ ਨੂੰ ਚੈਲੇਂਜ ਕਰਦਾ ਕਿ ਮੇਰੇ ਨਾਲ ਗੱਲ ਕਰੋ, ਮੇਰੇ ਨਾਲ ਬਹਿਸ ਕਰੋ। ਪਰ ਤੁਸੀਂ ਸਾਰੀ ਜਿਹੜੀ ਆ ਭਰਿਆ ਬੈਠੀ ਹੈ, ਇਹਨਾਂ ਦੇ ਸਾਹਮਣੇ ਗੱਲ ਕਰਨ ਤੋਂ ਮੁੱਖ ਮੰਤਰੀ ਭੱਜਦਾ, ਕਿਉਂਕਿ ਤੁਹਾਡੇ ਸਵਾਲਾਂ ਦੇ ਜਵਾਬ ਇਸ ਗੱਭੀ ਮੁੱਖ ਮੰਤਰੀ ਕੋਲ ਨਹੀਂ ਹੈ। ਇਹ ਲਗਾਤਾਰ ਮੁੱਦਿਆਂ ਨੂੰ ਚਾਹੇ ਪੈਨਸ਼ਨਰ ਦੇ ਹੋਣ ਚਾਹੇ ਮੁਲਾਜ਼ਮ ਦੇ ਹੋਣ ਲਗਾਤਾਰ ਉਲਝਾ ਰਿਹਾ, ਔਰ ਉਲਝਾ ਵੀ ਇੱਦਾਂ ਦਾ ਰਿਹਾ ਕਿ ਤਾਣੀ ਇਹਦੀ ਆਪਣੀ ਉਲਝਾਈ ਹੋਈ, ਆਪਣੇ ਗੁੜੇ ਦੀ ਸਿੱਧ ਸੁੱਧੀ ਕੀਤੀ ਜਾ ਰਹੀ, ਔਰ ਲਗਾਤਾਰ ਗੱਪਾਂ ਤੇ ਗੱਪਾਂ ਗਾਹ ਤੋਂ ਗਾਹ ਵੱਧਦੇ ਜਾ ਰਹੇ ਹੈ। ਇਸ ਵੇਲੇ ਇਸ ਛੇੜ ਦੇ ਹੇਠ ਸਭ ਤੋਂ ਇਤਿਹਾਸਕ ਇਕੱਠ ਹੋ ਚੁੱਕਾ, ਉਹ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨ ਇਸ ਮੁੱਖ ਮੰਤਰੀ ਤੋਂ ਦੁਖੀ ਹੈ। ਔਰ ਜੱਗੋ ਤੇਰਵੀਂ ਸਾਡੇ ਨਾਲ ਉਸ ਵੇਲੇ ਹੋਈ, ਕੱਲ ਉਸ ਵੇਲੇ ਤੁਸੀਂ ਦੇਖਿਆ ਹੋਣਾ, ਕੱਲ ਅਖਬਾਰਾਂ 'ਚ ਖਬਰ ਲੱਗੀ ਸੀ, ਤੁਸੀਂ ਸਾਰਿਆਂ ਨੇ ਪੜ੍ਹੀ ਹੋਈ ਹੈ। ਇਸ ਵਿਧਾਨ ਸਭਾ ਅੰਦਰ ਜਿੰਨੇ ਵੀ ਤੁਸੀਂ ਚੁਣ ਕੇ ਐਮਐਲਏ ਭੇਜੇ ਆ, ਜਿਹੜੇ ਪਹਿਲਾਂ ਸਾਈਕਲ ਚਲਾਉਂਦੇ ਸੀ, ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਦੇ ਆ, ਅਸੀਂ ਆਮ ਬੰਦੇ ਹਾਂ, ਤੁਸੀਂ ਕੱਲ੍ਹ ਦੀ ਖਬਰ ਪੜ੍ਹ ਕੇ ਹੈਰਾਨ ਹੋਏ ਹੋਣੇ ਆ। ਉਹ ਕਹਿੰਦੇ ਸਾਡਾ 84,000 'ਚ ਗੁਜ਼ਾਰਾ ਨਹੀਂ ਹੁੰਦਾ, ਸਾਨੂੰ ਹੁਣ 3 ਲੱਖ ਤਨਖਾਹ ਚਾਹੀਦੀ ਹੈ। ਕਿੰਨੀ ਚਾਹੀਦੀ? 3 ਲੱਖ। ਤੇ ਸਾਡੀ ਬੜੀ ਖਜ਼ਾਨਾ ਖਾਲੀ ਹੈ, ਜਦੋਂ ਅਸੀਂ ਜਾਈਏ ਤਾਂ ਕਹਿੰਦੇ ਪੰਜਾਬ ਕਰਜ਼ਾ ਹੀ ਹੈ, ਪੰਜਾਬ ਫਿਰ ਕਰਜ਼ਾ ਬੜਾ। ਪਰ ਜਦੋਂ ਆਪਣੀ ਤਨਖਾਹ ਦੇ ਪੈਨਸ਼ਨ ਦੀ ਗੱਲ ਆਉਂਦੀ ਹੈ ਤੇ ਆਪੇ ਲਾ ਲਓ ਆਪਣੀ ਉਹਨਾਂ ਨੇ 4 ਗੁਣਾ ਵਧਾ ਰਹੇ ਹੈ, 84 ਤੋਂ ਸਿੱਧਾ 3 ਲੱਖ ਤੋਂ ਉੱਪਰ ਲੈ ਜਾ ਰਹੇ ਹੈ। ਤੇ ਸਾਡਾ ਖੂਨ ਖੋਲਿਆ ਕਿ ਖਜ਼ਾਨਾ ਹੈਗਾ, ਪਰ ਖਜ਼ਾਨੇ ਦਾ ਮੂੰਹ ਕਿੱਧਰ ਨੂੰ ਕੀਤਾ ਹੋਇਆ? ਆਪਣੇ ਵਾਲੇ ਪਾਸੇ ਨੂੰ, ਸਾਡੇ ਵਾਲੇ ਪਾਸੇ ਨਹੀਂ। ਇੱਥੇ ਸਾਥੀ ਬੈਠੇ ਆ ਮੇਰੇ ਹਾਕਮ ਖਨੋੜੇ ਵਰਗੇ, ਜਿਹਨਾਂ ਦੀ ਪੈਨਸ਼ਨ 5-5 ਹਜ਼ਾਰ ਰੁਪਇਆ NPS ਤਹਿਤ, ਇਹ ਕਹਿ ਰਿਹਾ ਹਰ ਮਹੀਨੇ ਫੋਨ ਆਉਂਦਾ ਜਾਂਦਾ ਕਿ ਪੁਰਾਣੀ ਪੈਨਸ਼ਨ ਕਦੋਂ ਬਹਾਲ ਹੋਏਗੀ, 3 ਹਜ਼ਾਰ ਰੁਪਇਆ ਮੇਰੀਆਂ ਦਵਾਈਆਂ ਆ ਰਹੀਆਂ, 2,000 'ਚ ਪ੍ਰਧਾਨ ਜੀ ਗੁਜ਼ਾਰਾ ਨਹੀਂ ਹੋ ਰਿਹਾ, ਲਗਾਤਾਰ ਪਰਿਵਾਰ ਪਿਸ ਰਿਹਾ। ਇੱਕ ਪਾਸੇ ਉਹ ਨੇ ਜਿਹਨੇ 5,000 ਪੈਨਸ਼ਨ ਹੈ, ਦੂਏ ਪਾਸੇ ਉਹ ਖੜੇ ਨੇ ਜਿਹਨਾਂ ਨੂੰ ਅਸੀਂ ਚੁਣ ਕੇ ਭੇਜਿਆ, ਜਿਹੜੇ ਇਨਕਲਾਬੀ ਕਹਾਉਂਦੇ ਸੀ, 84,000 ਰੁਪਏ 'ਚ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ, ਕਹਿੰਦੇ ਸਾਨੂੰ 3 ਲੱਖ ਤੋਂ ਵੱਧ ਤਨਖਾਹ ਚਾਹੀਦੀ ਹੈ। ਇਹ ਨਿਰਣਾ ਤੁਸੀਂ ਕਰਨਾ, ਇਹ ਤੁਸੀਂ ਤੈਅ ਕਰਨਾ ਆ। ਅਸੀਂ ਸਾਂਝੇ ਫਰੰਟ ਨੇ ਤੈਅ ਕੀਤਾ, 4 ਜ਼ਿਮਨੀ ਚੋਣਾਂ ਆ ਰਹੀਆਂ ਨੇ, ਪਹਿਲਾਂ ਤਾਂ ਠਗਬਾਜ਼ੀ ਮਾਰ ਗਏ, ਪਹਿਲਾਂ ਗੱਪਾਂ ਮਾਰ ਗਏ, ਹੁਣ ਇਹਨਾਂ ਦੀਆਂ ਗੱਪਾਂ ਵਿੱਚ ਨਾ ਆਇਓ, ਇਹਨਾਂ ਦੇ ਧੂਲ ਚਟਾਇਓ। ਜਿੱਦਾਂ ਤੁਸੀਂ MP ਇਲੈਕਸ਼ਨਾਂ ਵਿੱਚ ਇਹਨਾਂ ਨੂੰ ਆਪਣੀ ਏਕਤਾ ਦਾ ਬਲ ਦੱਸਿਆ, ਦੂਜਾ ਮੌਕਾ ਤੁਹਾਡੇ ਕੋਲੋਂ ਨੇ 4 ਜ਼ਿਮਨੀ ਚੋਣਾਂ ਵੇਲੇ ਆ ਰਿਹਾ, ਬਿਲਕੁਲ ਇਹਨਾਂ ਨੂੰ ਦੱਸੋ ਵੀ ਤੁਸੀਂ ਲੋਕਾਂ ਦੇ ਨਾਇਕ ਨਹੀਂ ਹੋ ਸਕਦੇ, ਤੁਸੀਂ ਲੋਕਾਂ ਦੇ ਲੀਡਰ ਨਹੀਂ ਹੋ ਸਕਦੇ, ਜਿਹਨਾਂ ਨੇ ਸਿਰਫ ਆਪਣੇ ਹਿੱਤ ਸੋਚੇ ਹੋ, ਜਿਹੜੇ ਕਹਿੰਦੇ ਸੀ ਵੀ ਅਸੀਂ ਸੁਰੱਖਿਆ ਨਹੀਂ ਲੈਣੀ, ਆਹ ਸਭ ਤੋਂ ਵੱਡੇ ਸੁਰੱਖਿਆ ਦੇ ਕਾਫਲੇ ਜਿਹੜੇ ਇਸ ਮੁੱਖ ਮੰਤਰੀ ਦੇ ਬਗੈਰ ਫਿਰ ਰਹੇ ਹੈ। ਦੂਸਰੇ ਪਾਸੇ ਇਕੱਲਾ ਇਹੀ ਨਹੀਂ, ਕਾਰਪੋਰੇਟ ਦੇ ਪ੍ਰਭਾਵ ਹੇਠ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਇਹੋ ਜਿਹਾ ਜ਼ਿਆਦਾ ਚੱਲ ਰਿਹਾ। ਸਾਨੂੰ ਸ਼ੁਰੂ ਤੋਂ ਵਿਧਾਨ ਪਾਰਲੀਮੈਂਟ ਵਿੱਚ ਉਚਰਚਾ ਹੋ ਕੇ ਉਹ ਬੋਲਦੇ ਸੀ ਕਿ ਜਿਹੜੀ ਪੈਨਸ਼ਨ ਦਾ ਸੁਧਾਰ ਹੈ ਇਹ ਰੇਬੜੀ ਹੈ, ਚਾਹੇ ਉਹ ਹਿਮਾਚਲ ਨੇ ਲਾਗੂ ਕੀਤੀ ਹੈ,
ਔਰ ਪੂਰਾ ਮੀਡੀਆ ਦਾ ਦਿੱਤਾ ਹੋਇਆ ਉਹਦਾ ਵਿਆਖਿਆ ਲੈਣ ਬਈ ਲਓ ਜੀ ਯੂਪੀ ਵਿੱਚ ਕਰਮਚਾਰੀਆਂ ਨੂੰ ਬੜੇ ਫਾਇਦੇ ਹੈ ਬੜੇ ਲਾਭ ਹੈ ਉਹਦੇ ਵਿੱਚ ਸਾਡੀ ਜਿਹੜਾ ਮੈਜਿਕ ਸ਼ੇਅਰ ਹੈ ਉਹੀ ਕੱਟ ਕੇ ਸਾਨੂੰ ਉਹੀ 10 ਸਾਲ ਦੇਣਾ ਚਾਹੁੰਦੇ ਹੈ ਇਹੋ ਜਿਹੀ ਪੈਨਸ਼ਨ ਸਾਨੂੰ ਮਨਜ਼ੂਰ ਨਹੀਂ ਪ੍ਰਧਾਨ ਮੰਤਰੀ ਜੀ ਸਾਡਾ ਸਿੱਧਾ ਸਵਾਲ ਹੈ ਜੇ ਪੈਨਸ਼ਨ ਇਹੀ ਵਧੀਆ ਤੁਸੀਂ ਆਪ ਕਿਉਂ ਨਹੀਂ ਇਹ ਪੈਨਸ਼ਨ ਲੈਂਦੇ ਚੁਣੇ ਹੋਏ ਨੁਮਾਇੰਦੇ ਕਿਉਂ ਨਹੀਂ ਯੂਪੀਐਸ ਲੈਂਦੇ ਉਹ ਕਿਉਂ ਭੱਜਦੇ ਨੇ ਆਪਣੀ MLA ਪੈਨਸ਼ਨ ਲੈਣ ਲਈ ਪੁਰਾਣੀ ਪੈਨਸ਼ਨ ਲੈਣ ਲਈ ਜਾਂ MP ਦੇ ਤੌਰ ਤੇ ਨਵੀਂ ਪੈਨਸ਼ਨ ਲੈਣ ਲਈ ਹੁਣ ਨਿਰਣਾ ਤੁਸੀਂ ਕਰਨਾ ਹੈ ਮੈਂ ਸਾਡੇ ਫਰੰਟ ਨੇ ਤੈਅ ਕੀਤਾ ਹੈ ਬਈ ਇਹ ਸਰਕਾਰ ਨੂੰ ਅੱਜ ਦੱਸਣ ਦਾ ਮੌਕਾ ਆ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਬਈ ਆਪਾਂ ਸਾਰਿਆਂ ਨੇ ਇਕਜੁੱਟ ਹੋ ਕੇ ਜੋ ਵੀ ਇਸ ਮੰਚ ਤੋਂ ਦੇਸ਼ ਹੈਗਾ ਉੱਧਰ ਨੂੰ ਵਿਧਾਨ ਸਭਾ ਨੂੰ ਵਧੀਏ ਇੱਕ ਨਾਰਾ ਲਾਵਾਂਗਾ ਪੰਜਾਬ ਦਾ ਮੁੱਖ ਮੰਤਰੀ ਮੁਰਦਾਬਾਦ ਕੱਪੀ ਮੁੱਖ ਮੰਤਰੀ ਮੁਰਦਾਬਾਦ ਧੋਖੇਬਾਜ਼ ਮੁੱਖ ਮੰਤਰੀ ਨੂੰ ਦਫ਼ਾ ਕਰੋ ਮੁਲਾਜ਼ਮ